ਗੁੱਸੇ ਦੇ ਵਿੱਚ ਆਈ ਪਤਨੀ ਨੇ ਆਪਣੇ ਹੀ ਪਤੀ ਦੀ ਜਾਨ ਲੈ ਲਈ ਹੈ ਤੇ ਦੱਸ ਦਈਏ ਕਿ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਪਤੀ ਪਤਨੀ ਦਾ ਆਪਸ ਦੇ ਵਿੱਚ ਝਗੜਾ ਰਹਿੰਦਾ ਸੀ, ਘਰੇਲੂ ਕਲੇਸ਼ ਰਹਿੰਦਾ ਸੀ ਤੇ ਸੋਨਮ ਜੋ ਪਤਨੀ ਦਾ ਨਾਮ ਹੈ ਉਸਨੇ ਆਪਣੇ ਪਤੀ ਗੌਰਵ ਤੇ ਬਲੇਡ ਕਟਰ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਨਾਲ ਉਸਦੇ ਗਰਦਨ ਤੇ ਐਸਾ ਵਾਰ ਹੋਇਆ ਕਿ ਖੂਨ ਵਹਿਣ ਲੱਗ ਪਿਆ ਤੇ ਉਸਨੂੰ ਹਸਪੀਟਲ ਵੀ ਸਮੇਂ ਸਿਰ ਨਹੀਂ ਲਿਜਾਇਆ ਗਿਆ ਤੇ ਜਦੋਂ ਤੱਕ ਉਸਨੂੰ ਹਸਪੀਟਲ ਲਿਜਾਇਆ ਜਾਂਦਾ ਉਸਦੀ ਮੌਤ ਹੋ ਗਈ। ਤਾਂ ਦੱਸ ਦਈਏ ਕਿ ਪਤੀ ਅਤੇ ਪਤਨੀ ਦੇ ਘਰੇਲੂ ਕਲੇਸ਼ ਦੇ ਵਿੱਚ ਪਤੀ ਦੀ ਜਾਨ ਚਲੇ ਗਈ ਹੈ ਤੇ ਇਲਜ਼ਾਮ ਜਿਹੜੇ ਨੇ ਉਹ ਪਤਨੀ ਤੇ ਲੱਗੇ ਨੇ ਕਿ ਉਸਨੇ ਕਟਰ ਬਲੇਡ ਨਾਲ ਆਪਣੇ ਪਤੀ ਤੇ ਹਮਲਾ ਕੀਤਾ ਜਿਸ ਦੇ ਵਿੱਚ ਪਤੀ ਦੀ ਜਾਨ ਚਲੀ ਗਈ ਹੈ, ਉਸਦਾ ਗਲਾ ਕੱਟਿਆ ਗਿਆ, ਖੂਨ ਦੇ ਵਿੱਚ ਲਥਪਥ ਹਾਲਤ ਦੇ ਵਿੱਚ ਉਸਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਸਨੂੰ ਮ੍ਰਿਤਕ ਐਲਾਨ ਦਿੱਤਾ ਤੇ ਪੁਲਿਸ ਨੇ ਔਰਤ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਪੁਲਿਸ ਦੇ ਮੁਤਾਬਕ ਪਤਨੀ ਸੋਨਮ ਤੇ IPC ਦੀ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਬਸੰਤ ਨਗਰ ਦੇ ਵਿੱਚ ਹੌਜ਼ਰੀ ਦੀ ਦੁਕਾਨ ਕਰਦਾ ਸੀ ਗੌਰਵ ਅਤੇ ਉਸੇ ਹੀ ਦੁਕਾਨ ਦੇ ਉੱਪਰ ਆਪਣੇ ਦੋ ਬੱਚਿਆਂ ਤੇ ਪਤਨੀ ਸਮੇਤ ਰਹਿੰਦਾ ਸੀ। ਪਤਨੀ ਨਾਲ ਅਕਸਰ ਲੜਾਈ ਝਗੜਾ ਰਹਿੰਦਾ ਸੀ। ਇੱਕ ਦਿਨ ਝਗੜਾ ਇੰਨਾ ਵੱਧ ਗਿਆ ਕਿ ਸੋਨਮ ਨੇ ਗੌਰਵ ਦੇ ਕਟਰ ਬਲੇਡ ਨਾਲ ਹਮਲਾ ਕਰ ਦਿੱਤਾ ਤੇ ਉਸਦਾ ਗਲਾ ਕੱਟਿਆ ਗਿਆ। ਗੌਰਵ ਨੂੰ ਕਾਫ਼ੀ ਦੇਰ ਤੱਕ ਹਸਪੀਟਲ ਨਹੀਂ ਲਿਜਾਇਆ ਗਿਆ ਜਿਸ ਕਰਕੇ ਜ਼ਿਆਦਾ ਖੂਨ ਵਹਿਣ ਕਾਰਨ ਗੌਰਵ ਦੀ ਜਾਨ ਚਲੀ ਗਈ। ਦੱਸ ਦਈਏ ਕਿ ਦੋਵਾਂ ਦੇ ਇੱਕ 1.5 ਸਾਲ ਦੀ ਬੱਚੀ ਅਤੇ 11 ਸਾਲ ਦਾ ਬੱਚਾ ਵੀ ਹੈ। ਦੂਜੇ ਪਾਸੇ ਪੁਲਿਸ ਨੇ ਔਰਤ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਇਹ ਜੀ ਸਾਨੂੰ ਸਵੇਰੇ ਇੰਟੀਮੇਸ਼ਨ ਮਿਲੀ ਸੀ, ਨੂਰ ਵਾਲਾ ਰੋਡ 'ਤੇ ਇੱਕ ਇੰਸੀਡੈਂਟ ਹੋਇਆ। CMC ਤੋਂ ਸਾਨੂੰ ਇੰਟੀਮੇਸ਼ਨ ਆਈ ਸੀ, ਇੱਕ ਗੌਰਵ ਕੁਮਾਰ ਹੈ, ਏਜ 37 ਸਾਲ, ਉਹਨਾਂ ਦੀ ਜਿਹੜੀ ਬੋਡੀ ਹੈ ਉਹ CMC ਆਪਣਾ ਬਰੋਡ ਡੈਡ ਲਿਆਂਦਾ ਗਿਆ ਸੀ ਉਹਨਾਂ ਨੂੰ। ਅਸੀਂ ਮੌਕੇ 'ਤੇ ਪਹੁੰਚ ਕੇ ਤਫਤੀਸ਼ ਕਰਦੇ ਹੋਏ ਤਫਤੀਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਗੌਰਵ ਅਤੇ ਉਹਦੀ ਵਾਈਫ ਹੈ ਸੋਨਮ, ਇਹ ਪਿਛਲੇ 12-13 ਸਾਲਾਂ ਤੋਂ ਵਿਆਹੇ ਹੋਏ ਹੈ। ਇਹਨਾਂ ਦੇ ਦੋ ਬੱਚੇ ਹੈ, ਇੱਕ ਦੀ 1.5 ਸਾਲ ਉਮਰ ਹੈ ਬੱਚੀ ਦੀ ਅਤੇ ਇੱਕ 12 ਸਾਲ ਦਾ ਲੜਕਾ। ਇਹ ਆਪਸ 'ਚ ਕੋਈ ਮਾਈਨਰ ਇਸ਼ੂ ਨੂੰ ਲੈ ਕੇ ਆਪਸ 'ਚ ਇਹਨਾਂ ਦਾ ਤਕਰਾਰ ਹੋਇਆ ਸੀ ਅਤੇ ਤਕਰਾਰ ਹੁੰਦੇ ਹੋਏ ਲੇਡੀ ਜਿਹੜੀ ਸੋਨਮ ਹੈ ਉਹਦੇ ਹੱਥ 'ਚ ਇੱਕ ਕਟਰ ਛੋਟਾ ਹੁੰਦਾ ਜਿਹੜਾ ਐਮਬਰੋਇਡਰੀ ਧਾਗੇ ਨੂੰ ਕੱਟਦਾ, ਉਹ ਜਾ ਕੇ ਇਹਨਾਂ ਨੇ ਫੜ ਕੇ ਇਹਦੇ ਗਲੇ 'ਚ ਵੱਜ ਗਿਆ ਜਿਸ ਕਰਕੇ ਗੌਰਵ ਦੀ ਡੈਥ ਹੋ ਗਈ ਸੀ। ਅਸੀਂ ਮੌਕੇ 'ਤੇ ਤਫਤੀਸ਼ ਨੂੰ ਜਾਰੀ ਕਰਦੇ ਹੋਏ ਰੱਖਦੇ ਹੋਏ ਮੁਕੱਦਮਾ ਦਰਜ ਕਰ ਲਿਆ ਜੀ ਅਤੇ ਜਿਹੜੀ ਲੇਡੀ ਹੈ ਸੋਨਮ ਉਹਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ। ਆਪਸ 'ਚ ਇਹਨਾਂ ਦਾ ਨਿੱਕੀ ਜਿਹਾ ਕੋਈ ਘਰੇਲੂ ਮਾਈਨਰ ਇਸ਼ੂ ਸੀ ਜਿਹਦੇ ਕਰਕੇ ਇਹ ਗੱਲ ਐਡੀ ਐਸਕਲੇਟ ਹੋ ਗਈ ਅਤੇ ਜਿਸ ਦਾ ਨਤੀਜੇ ਕਾਰਨ ਇਹਦੀ ਡੈਥ ਹੋਈ ਹੈ ਜੀ। ਇਹ 304 'ਚ ਪਰਚਾ ਦਿੱਤਾ ਜੀ। ਗੁੱਸੇ ਦੇ ਵਿੱਚ ਆਈ ਪਤਨੀ ਨੇ ਆਪਣੇ ਹੀ ਪਤੀ ਦੀ ਜਾਨ ਲੈ ਲਈ ਹੈ ਤੇ ਦੱਸ ਦਈਏ ਕਿ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਪਤੀ ਪਤਨੀ ਦਾ ਆਪਸ ਦੇ ਵਿੱਚ ਝਗੜਾ ਰਹਿੰਦਾ ਸੀ, ਘਰੇਲੂ ਕਲੇਸ਼ ਰਹਿੰਦਾ ਸੀ ਤੇ ਸੋਨਮ ਜੋ ਪਤਨੀ ਦਾ ਨਾਮ ਹੈ ਉਸਨੇ ਆਪਣੇ ਪਤੀ ਗੌਰਵ ਤੇ ਬਲੇਡ ਕਟਰ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਨਾਲ ਉਸਦੇ ਗਰਦਨ ਤੇ ਐਸਾ ਵਾਰ ਹੋਇਆ ਕਿ ਖੂਨ ਵਹਿਣ ਲੱਗ ਪਿਆ ਤੇ ਉਸਨੂੰ ਹਸਪੀਟਲ ਵੀ ਸਮੇਂ ਸਿਰ ਨਹੀਂ ਲਿਜਾਇਆ ਗਿਆ ਤੇ ਜਦੋਂ ਤੱਕ ਉਸਨੂੰ ਹਸਪੀਟਲ ਲਿਜਾਇਆ ਜਾਂਦਾ ਉਸਦੀ ਮੌਤ ਹੋ ਗਈ। ਤਾਂ ਦੱਸ ਦਈਏ ਕਿ ਪਤੀ ਅਤੇ ਪਤਨੀ ਦੇ ਘਰੇਲੂ ਕਲੇਸ਼ ਦੇ ਵਿੱਚ ਪਤੀ ਦੀ ਜਾਨ ਚਲੀ ਗਈ ਹੈ ਤੇ ਇਲਜ਼ਾਮ ਜਿਹੜੇ ਨੇ ਉਹ ਪਤਨੀ ਤੇ ਲੱਗੇ ਨੇ ਕਿ ਉਸਨੇ ਕਟਰ ਬਲੇਡ ਨਾਲ ਆਪਣੇ ਪਤੀ ਤੇ ਹਮਲਾ ਕੀਤਾ ਜਿਸ ਦੇ ਵਿੱਚ ਪਤੀ ਦੀ ਜਾਨ ਚਲੀ ਗਈ ਹੈ, ਉਸਦਾ ਗਲਾ ਕੱਟਿਆ ਗਿਆ, ਖੂਨ ਦੇ ਵਿੱਚ ਲਥਪਥ ਹਾਲਤ ਦੇ ਵਿੱਚ ਉਸਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਸਨੂੰ ਮ੍ਰਿਤਕ ਐਲਾਨ ਦਿੱਤਾ ਤੇ ਪੁਲਿਸ ਨੇ ਔਰਤ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਪੁਲਿਸ ਦੇ ਮੁਤਾਬਕ ਪਤਨੀ ਸੋਨਮ ਤੇ IPC ਦੀ ਧਾਰਾ 304 ਤਹਿਤ
ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਬਸੰਤ ਨਗਰ ਦੇ ਵਿੱਚ ਹੌਜ਼ਰੀ ਦੀ ਦੁਕਾਨ ਕਰਦਾ ਸੀ ਗੌਰਵ ਅਤੇ ਉਸੇ ਹੀ ਦੁਕਾਨ ਦੇ ਉੱਪਰ ਆਪਣੇ ਦੋ ਬੱਚਿਆਂ ਤੇ ਪਤਨੀ ਸਮੇਤ ਰਹਿੰਦਾ ਸੀ। ਪਤਨੀ ਨਾਲ ਅਕਸਰ ਲੜਾਈ ਝਗੜਾ ਰਹਿੰਦਾ ਸੀ। ਇੱਕ ਦਿਨ ਝਗੜਾ ਇੰਨਾ ਵੱਧ ਗਿਆ ਕਿ ਸੋਨਮ ਨੇ ਗੌਰਵ ਦੇ ਕੱਟਰ ਬਲੇਡ ਨਾਲ ਹਮਲਾ ਕਰ ਦਿੱਤਾ ਤੇ ਉਸਦਾ ਗਲਾ ਕੱਟਿਆ ਗਿਆ। ਗੌਰਵ ਨੂੰ ਕਾਫੀ ਦੇਰ ਤੱਕ ਹਸਪੀਟਲ ਨਹੀਂ ਲਿਜਾਇਆ ਗਿਆ ਜਿਸ ਕਰਕੇ ਜ਼ਿਆਦਾ ਖੂਨ ਵਹਿਣ ਕਾਰਨ ਗੌਰਵ ਦੀ ਜਾਨ ਚਲੀ ਗਈ। ਦੱਸ ਦਈਏ ਕਿ ਦੋਵਾਂ ਦੇ ਇੱਕ 1.5 ਸਾਲ ਦੀ ਬੱਚੀ ਅਤੇ 11 ਸਾਲ ਦਾ ਬੱਚਾ ਵੀ ਹੈ। ਦੂਜੇ ਪਾਸੇ ਪੁਲਿਸ ਨੇ ਔਰਤ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਇਹ ਜੀ ਸਾਨੂੰ ਸਵੇਰੇ ਇੰਟੀਮੇਸ਼ਨ ਮਿਲੀ ਸੀ ਨੂਰਾਲਾ ਰੋਡ 'ਤੇ ਇੱਕ ਇੰਸੀਡੈਂਟ ਹੋਇਆ। CMC ਤੋਂ ਸਾਨੂੰ ਇੰਟੀਮੇਸ਼ਨ ਆਈ ਸੀ ਇੱਕ ਗੌਰਵ ਕੁਮਾਰ ਹੈ ਏਜ 37 ਸਾਲ ਉਹਨਾਂ ਦੀ ਜਿਹੜੀ ਬੋਡੀ ਹੈ ਉਹ CMC ਆਪਣਾ ਬਰੋਡ ਡੈਡ ਲਿਆਂਦਾ ਗਿਆ ਸੀ ਉਹਨਾਂ ਨੂੰ। ਅਸੀਂ ਮੌਕੇ 'ਤੇ ਪਹੁੰਚ ਕੇ ਤਫਤੀਸ਼ ਕਰਦੇ ਹੋਏ ਤਫਤੀਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਗੌਰਵ ਅਤੇ ਉਹਦੀ ਵਾਈਫ ਹੈ ਸੋਨਮ ਇਹ ਪਿਛਲੇ 12-13 ਸਾਲਾਂ ਤੋਂ ਵਿਆਹੇ ਹੋਏ ਹੈ। ਇਹਨਾਂ ਦੇ ਦੋ ਬੱਚੇ ਹੈ, ਇੱਕ ਦੀ 1.5 ਸਾਲ ਉਮਰ ਹੈ ਬੱਚੀ ਦੀ ਅਤੇ ਇੱਕ 12 ਸਾਲ ਦਾ ਲੜਕਾ। ਇਹ ਆਪਸ 'ਚ ਕੋਈ ਮਾਈਨਰ ਇਸ਼ੂ ਨੂੰ ਲੈ ਕੇ ਆਪਸ 'ਚ ਇਹਨਾਂ ਦਾ ਤਕਰਾਰ ਹੋਇਆ ਸੀ ਅਤੇ ਤਕਰਾਰ ਹੁੰਦੇ ਹੋਏ ਲੇਡੀ ਜਿਹੜੀ ਸੋਨਮ ਹੈ ਉਹਦੇ ਹੱਥ 'ਚ ਇੱਕ ਕਟਰ ਛੋਟਾ ਹੁੰਦਾ ਜਿਹੜਾ ਐਮਬਰੋਇਡਰੀ ਧਾਗੇ ਨੂੰ ਕੱਟਦਾ, ਉਹ ਜਾ ਕੇ ਇਹਨਾਂ ਨੇ ਫੜ ਕੇ ਇਹਦੇ ਗਲੇ 'ਚ ਵੱਜ ਗਿਆ ਜਿਸ ਕਰਕੇ ਗੌਰਵ ਦੀ ਡੈਥ ਹੋ ਗਈ ਸੀ। ਅਸੀਂ ਮੌਕੇ 'ਤੇ ਤਫਤੀਸ਼ ਨੂੰ ਜਾਰੀ ਰੱਖਦੇ ਹੋਏ ਮੁਕੱਦਮਾ ਦਰਜ ਕਰ ਲਿਆ ਜੀ ਅਤੇ ਜਿਹੜੀ ਲੇਡੀ ਹੈ ਸੋਨਮ ਉਹਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ। ਆਪਸ 'ਚ ਇਹਨਾਂ ਦਾ ਨਿੱਕੀ ਜਿਹਾ ਕੋਈ ਘਰੇਲੂ ਮਾਈਨਰ ਇਸ਼ੂ ਸੀ ਜਿਹਦੇ ਕਰਕੇ ਇਹ ਗੱਲ ਐਡੀ ਐਸਕਲੇਟ ਹੋ ਗਈ ਅਤੇ ਜਿਸ ਦਾ ਨਤੀਜੇ ਕਾਰਨ ਇਹਦੀ ਡੈਥ ਹੋਈ ਹੈ ਜੀ। ਇਹ 304 'ਚ ਪਰਚਾ ਦਿੱਤਾ ਜੀ।